ਹਾਂਜੀ ਵੈਲਕਮ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਲੈ ਕੇ ਆਏ ਹਾਂ ਜੀ ਨਵੀਂ ਇਨਫੋਰਮੇਸ਼ਨ ਸਟਾਫ ਨਰਸ ਭਰਤੀ ਦੇ ਸਬੰਧ ਵਿੱਚ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਆ ਕਿ ਜਿਹੜੇ ਵੀ ਸਟੂਡੈਂਟ ਆ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਨ ਆਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਲੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਕਿ ਜਿਹੜੀ ਸਟਾਫ ਨਰਸ ਦੀ ਭਰਤੀ ਚੱਲ ਰਹੀ ਆ ਉਹਦੀ ਡਾਕੂਮੈਂਟ ਵੈਰੀਫਿਕੇਸ਼ਨ ਲਗਭਗ ਕੰਪਲੀਟ ਹੋ ਚੁੱਕੀ ਆ ਸੋ ਕੱਲ ਇਲੈਕਸ਼ਨ ਦਾ ਰਿਜ਼ਲਟ ਵੀ ਆ ਚੁੱਕਿਆ ਆ ਸੋ ਹੁਣ ਨੈਕਸਟ ਪ੍ਰੋਸੈਸ ਇਹਨਾਂ ਦਾ ਹੋਵੇਗਾ ਕਿ ਫਾਈਨਲ ਸਿਲੈਕਟਡ ਕੈਂਡੀਡੇਟਾਂ ਦੀ ਲਿਸਟ ਆਊਟ ਕਰਨਗੇ ਉਹਦੀ ਇਨਫੋਰਮੇਸ਼ਨ ਆਪਾਂ ਨੂੰ ਥੋੜੇ ਦਿਨਾਂ ਤੱਕ ਮਿਲ ਜੂਗੀ ਵੀ ਲਿਸਟ ਆਊਟ ਕਰਦੇ ਆ ਜਾਂ ਨਹੀਂ ਕਰਦੇ ਜਾਂ ਈਮੇਲ ਦੇ ਥਰੂ ਹੀ ਕੈਂਡੀਡੇਟਸ ਨੂੰ ਜੁਆਇਨਿੰਗ ਲੈਟਰ ਲਈ ਟਾਈਮ ਦਿੱਤਾ ਜਾਂਦਾ ਉਹਦੀ ਜਿੱਦਾਂ ਹੀ ਅਪਡੇਟ ਕੋਈ ਆਉਂਦੀ ਆ ਤਾਂ ਆਪਾਂ ਤੁਹਾਨੂੰ ਨਾਲ ਦੀ ਨਾਲ ਇਨਫੋਰਮ ਕਰ ਦੇਵਾਂਗੇ ਸੋ ਕੱਲ ਮੇਰੀ ਇੱਕ ਕੈਂਡੀਡੇਟ ਨਾਲ ਗੱਲ ਹੋਈ ਜਿਹੜੇ ਕਿ ਡਾਕੂਮੈਂਟ ਵੈਰੀਫਿਕੇਸ਼ਨ ਕਰਵਾਉਣ ਗਏ ਸੀ ਸੋ ਉਹਨਾਂ ਦੇ ਮੈਨੂੰ ਮੈਸੇਜ ਆਏ ਸੀ ਸੋ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਕਿ ਹੈਲੋ ਸਰ ਅੱਜ ਮੈਂ ਸਬਮਿਟ ਕਰਵਾ ਕੇ ਆਈ ਹਾਂ 올ਡ ਕਾਸਟ ਸਰਟੀਫਿਕੇਟ ਮੈਂ ਮੈਡਮ ਨੂੰ ਪੁੱਛਿਆ ਸੀ ਫਾਈਨਲ ਲਿਸਟ ਦਾ ਉਹ ਕਹਿੰਦੇ ਕਿ ਜਦੋਂ ਨਿਊ ਗਵਰਨਮੈਂਟ ਆਊਗੀ ਉਹ ਲਿਸਟ ਬਣਵਾਊਗੀ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਹੀ ਡਾਕੂਮੈਂਟ ਵੈਰੀਫਿਕੇਸ਼ਨ ਦਾ ਰਿਜ਼ਲਟ ਅਨਾਉਂਸ ਹੋਊਗਾ ਸੋ ਜਿਵੇਂ ਕਿ ਤੁਸੀਂ ਦੇਖਿਆ ਹੀ ਆ ਕਿ ਇਲੈਕਸ਼ਨ ਦਾ ਜਿਹੜਾ ਰਿਜ਼ਲਟ ਆ ਉਸ ਤੋਂ ਬਾਅਦ ਡਾਕੂਮੈਂਟ ਵੈਰੀਫਿਕੇਸ਼ਨ ਦਾ ਰਿਜ਼ਲਟ ਅਨਾਉਂਸ ਹੋਊਗਾ ਸੋ ਇਹਦੇ ਤੋਂ ਆਪਾਂ ਦੋ ਗੱਲਾਂ ਕਨਫਰਮ ਹੁੰਦੀਆਂ ਨੇ ਇੱਕ ਤਾਂ ਇਹ ਕਿ ਲਿਸਟ ਆਉਣ ਦੇ ਚਾਂਸ ਹੈਗੇ ਆ ਕਿ ਲਿਸਟ ਆਊਗੀ ਠੀਕ ਆ ਅਪਲੋਡ ਹੋਊਗੀ ਜਿੱਦਾਂ ਕਿਸੇ ਵੈਬਸਾਈਟ ਤੇ ਅਪਲੋਡ ਹੁੰਦੀ ਆ ਆਪਾਂ ਨਾਲ ਦੇ ਨਾਲ ਤੁਹਾਡੇ ਨਾਲ ਨੋਟੀਫਿਕੇਸ਼ਨ ਅ ਅਪਡੇਟ ਸ਼ੇਅਰ ਕਰ ਦਵਾਂਗੇ ਠੀਕ ਆ ਜੀ ਸੋ ਚੈਨਲ ਨਾਲ ਜੁੜੇ ਰਹੋ ਤੇ ਦੂਜੀ ਗੱਲ ਆ ਬਈ ਇਲੈਕਸ਼ਨ ਤੋਂ ਦੇ ਰਿਜ਼ਲਟ ਤੋਂ ਬਾਅਦ ਯਾਨੀ ਕਿ ਕੱਲ ਇਲੈਕਸ਼ਨ ਦਾ ਰਿਜ਼ਲਟ ਆ ਗਿਆ ਤੇ ਭਗਵਾਨਤਮਨ ਦੀ ਸਰਕਾਰ ਵੀ ਬਣ ਗਈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਤੇ ਹੁਣ ਦੇਖਦੇ ਆ ਨਵੀਂ ਗਵਰਨਮੈਂਟ ਆ ਨਵੀਂ ਗਵਰਨਮੈਂਟ ਤੋਂ ਬਹੁਤ ਉਮੀਦਾਂ ਹੁੰਦੀਆਂ ਨੇ ਸਾਰਿਆਂ ਨੂੰ ਹੀ ਸੋ ਦੇਖਦੇ ਆ ਜਿਹੜੀ ਇਹ ਭਰਤੀ ਚੱਲ ਰਹੀ ਹੈ ਇਹਨੂੰ ਕਿੰਨੀ ਜਲਦੀ ਤੋਂ ਜਲਦੀ ਉਹ ਫਿਨਿਸ਼ ਕਰਵਾਉਂਦੇ ਆ ਸੋ ਹੋਪ ਆ ਕਿ ਆਹ ਮਾਰਚ ਦੇ ਅੰਡੀਆਂ April ਦੇ ਅੱਧ ਤੱਕ ਇਹ ਭਰਤੀ ਫਿਨਿਸ਼ ਹੋ ਜੂਗੀ ਤੁਹਾਨੂੰ ਜੁਆਇਨਿੰਗ ਲੈਟਰ ਮਿਲ ਜਾਣਗੇ ਸੋ ਬੈਸਟ ਆਫ ਲੱਕ ਸਾਰਿਆਂ ਨੂੰ ਤੇ ਪੀ ਪੋਜ਼ਿਟਿਵ ਨਵੀਂ ਸਰਕਾਰ ਆ ਵਧੀਆ ਕੰਮ ਕਰੇ ਆਪਾਂ ਸਾਰੇ ਹੀ ਚਾਹੁੰਦੇ ਆ ਸੋ ਹੋ ਸਕਦਾ ਤੁਹਾਡੀ ਭਰਤੀ ਜਲਦੀ ਤੋਂ ਜਲਦੀ ਫਿਨਿਸ਼ ਹੋ ਜਾਵੇ ਸੋ ਜਿੱਦਾਂ ਹੀ ਕੋਈ ਹੋਰ ਅਪਡੇਟ ਆਪਾਂ ਨੂੰ ਮਿਲਦੀ ਆ ਤਾਂ ਆਪਾਂ ਨਾਲ ਦੀ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਚੈਨਲ ਨਾਲ ਜੁੜੇ ਰਹੋ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਲੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਲੈਂਡ ਧੰਨਵਾਦ ਜੀ ਮਿਲਦੇ ਆ ਨਵੀਂ ਵੀਡੀਓ ਚ ਨਵੀਂ ਅਪਡੇਟ ਦੇ ਨਾਲ